लैवी गुरु महाराज की कृपा ते समान दी पूरी बड़ी ट्राली एक अपनी किन्ने फुटी ट्राली हो है 18 फुटी 1 20 फुटी है 18 फुटी ट्राली है ते सारा समान जिहड़ा भर के आ पानी दा मूंह नूं भरी पैनी पिछे सारिया किटां बन के आ गई भाई मनजोत खड़ा सामने ते इह सारियां जिहड़ियां किटां भर के आ चुकियां नेगियां इत्थे भाई जिहड़ा सारा पानी है तुहानूं पता कि इधर भी पानी है इधर सारे पिंड डुबे हुए ने सामने जिहड़ा पाकिस्तान दा बॉर्डर है वो सामने जिहड़ा पाकिस्तान दा बॉर्डर है इधर सारे भरावां नूं जिहड़ियां दिक्कतां सीगियां वह सामने साडा वीर वह भी खड़ा है ते इधर भी सारे भरावां नूं जिहड़ा समान जिहड़ा रस जांदा क्योंकि इधर सारे घर ही डुब चुके ने इधर सानूं दिखादा मैं सामने आ सारे घर ना उस कि मैं छत्तां दे उपर देख लोग बैठे नेगे इन्हां नूं 4-4 5-5 दिन हो गए भाई जिहड़ा इत्थे मैं तुहानूं थोड़े नाल मैं गल करां कि जिहड़ा सामने तुहानूं पानी दिख रिहा है इत्थे झोना दुबारा लग्गा सीगा एक बार झोना जिहड़ा सीगा डुब गया दुबारे फिर जिहड़ा 126 झोना लाता सीगा हुण फिर जिहड़ा इत्थे कि सारे जिहड़ा पानी 10-10 15-15 फुट पानी आ चुक्या इधर नूं जिहड़ा सारा पानी है भाई इधर सारा जिहड़ा पानी है इधर पाकिस्तान वल जा रहा है 10 फुट दे विच जिहड़ा लंबा दस किलोमीटर वांगू जिहड़ा पानी जिहड़ा चौड़ा दिख जा रहा भाई इधर नूं 10 किलोमीटर दे विच सारा जिहड़ा पानी है इत्थों भाई मनजोत नाल भी थोड़ी मैं गल्लबात करवाउणा इधर हटी भाई ते ये जिहड़ा सारी आ भरियां होईयां किटां किवें किवें बाई दा जिहड़ा समान सारा आया ते इधर हो जी माड़ा जिहा मनजोत की हाल आ बाई की समान आ चुक्या ਭੈਣਾਂ ਬਿਲਕੁਲ ਬਾਈ ਡੱਬੀਆਂ ਸਾਰੀਆਂ ਨੇ ਸਾਰੀਆਂ ਵੱਡੀ ਗੱਲ ਹੈ ਮੋਮਬੱਤੀਆਂ बिलकुल ਵੀਰੇ ਬਿਲਕੁਲ ਇਹ ਸਾਰੀਆਂ ਜਿਹੜੀਆਂ ਸਵਾਵਾਂ ਨਿਭਾਈਆਂ ਜਾ ਰਹੀਆਂ ਨੇਗੀਆਂ ਬਾਬਾ ਆਪਣਾ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਜਿਹੜੀ ਗੜੱਦੀ ਵਾਲਾ ਬਾਈ ਦੀ ਉਹਦੇ ਵੱਲੋਂ ਸਾਰੀਆਂ ਜਿਹੜੀਆਂ ਸਵਾਵਾਂ ਨਿਭਾਈਆਂ ਜਾ ਰਹੀਆਂ ਨੇਗੀਆਂ ਇੱਧਰ ਤੁਹਾਨੂੰ ਮੈਂ ਦੱਸਦਾ ਕਿ ਜਿਵੇਂ ਕਿ ਸਵੇਰੇ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਅਚਾਰ ਦੀ ਪ੍ਰੋਬਲਮ ਆਈ ਆ ਪੱਠਿਆਂ ਦੀ ਪ੍ਰੋਬਲਮ ਆਈ ਆ ਉਹਦਾ ਵੀ ਹੱਲ ਕਰ ਦਿੱਤਾ ਗਿਆ ਉਹ ਵੀ ਸਵੇਰੇ ਟਰਾਲੀਆਂ ਨਾਲ ਤੀਕਰ ਪਹੁੰਚ ਜਾਣਗੀਆਂ ਇਹੀ ਸੋਸ਼ਲ ਮੀਡੀਆ ਦਾ ਫਾਇਦਾ ਕਿ ਸੋਸ਼ਲ ਮੀਡੀਆ 'ਤੇ ਚਲੋ ਕੋਈ ਸੁਨੇਹਾ ਲੋਕਾਂ ਤੱਕ ਜਾਂਦਾ ਲੋਕਾਂ ਦੀ ਮਦਦ ਹੁੰਦੀ ਹੈ ਆਪਣਾ ਬਾਈ ਇੱਧਰ ਤੁਸੀਂ ਜਾ ਕੇ ਆਇਓ ਇੱਧਰ ਕੀ ਹਾਲਾਤ ਨੇ ਗੇ ਸਾਰਾ ਆਪਾਂ ਜਿਹੜਾ ਆਪਾਂ ਜਾ ਕੇ ਆਇਆ ਇੱਧਰ ਇੱਧਰਲੇ ਬਾਰੇ ਚੰਗੀ ਨਹੀਂ ਹੈਗੇ ਯਾਰ ਹਜੇ ਤੱਕ ਵੀ 5-5 6-6 ਫੁੱਟ ਪਾਣੀ ਆ ਹਾਂਜੀ ਹਾਂ ਤਕਰੀਬ 20 ਜਿਹੜੀਆਂ ਸਾਡੀਆਂ ਕਿਸ਼ਤੀਆਂ ਚੱਲ ਰਹੀਆਂ ਹਾਂ ਹੋ ਗਿਆ ਸਾਡੇ ਇੱਥੇ ਫਿਰੋਜ਼ਪੁਰ ਆਇਆ ਨੂੰ ਹਾਂਜੀ ਅੱਜ ਤੀਸਰੇ ਦਿਨ ਵੀ ਕਿਸ਼ਤੀਆਂ ਚੱਲੀਆਂ ਸਾਡੀਆਂ ਚੱਲ ਰਹੀਆਂ ਲੋਕ ਹਜੇ ਤੱਕ ਵੀ ਘਰਾਂ 'ਚ ਫਸੇ ਹੋਏ ਆ ਤੇ ਜਿਹੜੇ ਤਾਂ ਕੱਢ ਲਏ ਸੀ ਹੁਣ ਕਈ ਲੋਕ ਜਿਹੜੇ ਘਰਾਂ 'ਚੋਂ ਨਹੀਂ ਨਿਕਲਣਾ ਚਾਹੁੰਦੇ ਘਰ ਨਹੀਂ ਛੱਡਣਾ ਚਾਹੁੰਦੇ ਬਿਲਕੁਲ ਵੀਰੇ ਹੁਣ ਜਿਹੜਾ ਸਮਾਨ ਆ ਉਹ ਘਰ 'ਚ ਪਹੁੰਚਾਇਆ ਜਾ ਰਿਹਾ ਪੱਠਾ ਦੱਥੇ ਦੀ ਬਹੁਤ ਲੋੜ ਆ ਜਿਹੜਾ ਸਮਾਨ ਦੀ ਬਹੁਤ ਲੋੜ ਸੀ ਜਿਹੜੀ ਸਮਾਨ ਸਾਨੂੰ ਲੋਕ ਕਹਿ ਰਹੇ ਸੀ ਉਹੋ ਹੀ ਸਮਾਨ ਅਸੀਂ ਮੰਗਵਾ ਕੇ ਉਹਨਾਂ ਤੱਕ ਪਹੁੰਚਾ ਰਹੇ ਇੱਕ ਨਾ ਇਹ ਤਾਂ ਬਾਈ ਮਨਜੋਤ ਨੇ ਸਾਰੀਆਂ ਗੱਲਾਂ ਕਰ ਲਈਆਂ ਪਰ ਇੱਕ ਮੈਂ ਤੁਹਾਡੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਦੁੱਖ ਸਾਂਝਾ ਕਰਦਾ ਦੇਖੋ ਬਾਈ ਮਨਜੋਤ ਬਹੁਤ ਸੇਵਾ ਕਰਦਾ ਇਹਦਾ ਧੰਨਵਾਦ ਕਰਨਾ ਪਰ ਮੇਰਾ ਕੰਮ ਹੈ ਲੀਡਰਾਂ ਦੇ ਜਿਹੜੇ ਕਿ ਸਾਡੇ ਰਾਜਨੀਤਿਕ ਲੀਡਰ ਨੇ ਮੈਂ ਉਹ ਗੱਲਾਂ ਕਦੇ ਨਹੀਂ ਬੋਲਣੋਂ ਹਟਦਾ
ਲੈ ਕੇ ਵੋਟਾਂ ਭੁੱਲ ਜਾਂਦੇ ਨੇ ਗੱਲ ਐਵਾਂ ਬਾਈ ਪ੍ਰਸ਼ਾਸਨ ਦਾ ਸਵੇਰ ਦਾ ਇੱਕ ਵੀ ਬੰਦਾ ਨਹੀਂ ਆ ਕੇ ਇਹਨਾਂ ਦਾ ਹਾਲ ਪੁੱਛਦਾ ਯਾਰ ਇਹ ਘੱਟੋ ਘੱਟ ਕਿੰਨੇ ਪਿੰਡ ਡੁੱਬੇ ਹੋਏ ਨੇਗੇ ਕਈਆਂ ਨੂੰ ਇਹ ਹੁੰਦਾ ਇਹ ਭਾਣਾ ਜਾਣ ਕੇ ਇਹ ਗੱਲ ਕਹਿੰਦਾ ਹਨਾ ਕੱਲ ਦੇ ਇੱਥੇ ਲੱਗੇ ਹੋਏ ਇੱਕ ਬੰਦੇ ਨੇ ਆ ਕੇ ਪ੍ਰਸ਼ਾਸਨ ਦਾ ਹਾਲ ਨਹੀਂ ਪੁੱਛਿਆ ਬਾਈ ਇੱਕ ਵੀ ਬੰਦੇ ਨੇ ਯਾਰ ਹੱਕ ਤਾਂ ਬਣਦਾ ਯਾਰ ਅਸੀਂ ਘੱਟੋ ਘੱਟ ਅਸੀਂ ਟੈਕਸ ਦਿੰਨੇ ਆ ਅਸੀਂ ਵੋਟਾਂ ਪਾਉਂਦੇ ਆ ਅਸੀਂ ਕੁਝ ਵੀ ਕਰਦੇ ਆ ਯਾਰ ਕੋਈ ਤਾਂ ਬੰਦਾ ਆ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਦਾ ਲੋਕਾਂ ਦਾ ਹਾਲ ਪੁੱਛੇ ਯਾਰ ਇਹ ਬਹੁਤ ਯਾਰ ਦੁੱਖ ਦੀ ਗੱਲ ਹੈ ਮੈਂ ਕੋਈ ਇਸ ਸਮੇਂ ਦੇ ਵਿੱਚ ਕੋਈ ਕਿੰਤੂ ਪ੍ਰੰਤ ਨਹੀਂ ਕਰਦਾ ਪਰ ਜ਼ਿੰਮੇਵਾਰੀ ਹੁੰਦੀ ਹੈ ਇੱਕ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਅਸੀਂ ਉਹ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਬਾਈ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਸਰਕਾਰਾਂ ਜਿਹੜੇ ਲੀਡਰ ਸਾਡੇ ਸਰਕਾਰੀ ਅਫਸਰ ਇਹ ਜ਼ਿੰਮੇਵਾਰੀ ਤੋਂ ਤੁਸੀਂ ਨਾ ਭੁੱਜੋ ਯਾਰ ਦੇਖੋ ਅਸੀਂ ਵੀ ਤਾਂ ਸਾਡੀ ਕਿਹੜਾ ਕੋਈ ਤਨਖਾਹ ਹੈ ਕਈ ਬੰਦੇ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਮੈਨੂੰ ਨਾ ਇੱਕ ਦੁੱਖ ਹੋਇਆ ਬੜਾ ਆ ਫੜਾਈ ਬਈ ਮੜਾ ਜਾ ਮੈਨੂੰ ਜਿਹੜਾ ਦੁੱਖ ਹੋਇਆ ਉਹ ਇਹ ਹੋਇਆ ਕਿ ਜਦੋਂ ਵੀ ਚੱਲ ਜਿੱਥੇ ਵੀ ਮੈਨੂੰ ਹੁਣ ਮਨਜੋਤ ਭਰਾ ਆਪਾਂ ਇੱਥੇ ਪਹੁੰਚ ਗਏ ਦੁੱਖ ਇਹ ਹੋਇਆ ਵੀ ਕਈ ਲੋਕਾਂ ਦਾ ਮੈਂ ਥੱਲੇ ਕਮੈਂਟ ਪੜ੍ਹੇ ਭਾਣੇ ਸਿੱਧੂ ਵਰਗੇ ਪਤਾ ਨਹੀਂ ਕੋਈ ਕਿਸ ਤੋਂ ਭਾਣਾ ਸਿੱਧੂ ਕੋਈ ਫੰਡ ਲੈਣ ਦਾ ਮਾਰਾ ਤੁਰਿਆ ਫਿਰਦਾ ਤੁਰਿਆ ਫਿਰਦਾ ਅੱਜ ਤੱਕ ਮੈਂ ਇਹੀ ਗੱਲ ਕਹਿਣਾ ਹੁੰਦਾ ਮੈਂ ਇਹਦੇ 'ਚ ਜਜ਼ਬਾ ਮੇਰੇ 'ਚ ਜਨੂੰਨ ਆ ਮੇਰੇ ਪ੍ਰਤੀ ਕੋਈ ਬੰਦਾ ਸਬੂਤ ਲੈ ਕੇ ਧਰਦਾ ਇਸ ਤਰ੍ਹਾਂ ਦੀ ਗੱਲ ਵੀ ਹਾਂ ਵੀ ਭਾਣਾ ਸਿੱਧੂ ਕਿੱਥੇ ਕੋਈ ਕਿਸੇ ਕੋਈ ਲਾਲਚ ਦਾ ਮਾਰਾ ਤਾਂ ਫੋਨ ਨਹੀਂ ਲਾਉਣਾ ਜਾਣਤਾ ਟਰੈਕਟਰ ਵੀ ਚਲਾਉਂਦਾ ਇੱਕ ਦਿਨ ਟਰੈਕਟਰ ਕਿਹੜਾ ਚਲਾਉਂਦਾ ਇਹ ਹਾਂ ਇਹਦਾ ਵੀ ਸੇਵਾ ਦੇ ਵਿੱਚ ਬੜਾ ਵੱਡਾ ਯੋਗਦਾਨ ਪੈ ਗਿਆ ਯਾਰ ਤੇ ਆਪਣਾ ਆਪਣੇ ਪਿੰਡ ਇੱਧਰ ਲਾਕੇ ਵਾਲੇ ਮੁੰਡੇ ਵਾਲੇ ਟਰੈਕਟਰ ਦਾ ਕੱਢਿਆ ਖੜਾ ਟਰੈਕਟਰ ਦਾ ਕੱਢੀ ਖੜੀ ਟਰਾਲੀ ਟਰਾਲੀ ਕੱਢੀ ਲਾਓ ਯਾਰ ਟਰੈਕਟਰ ਲਾਓ ਨਾਲ ਟਰੈਕਟਰ ਤੂੰ ਲਿਆ ਚਲਾ ਕੇ ਆ ਜਿਹੜਾ ਸਾਰਾ ਇੱਧਰ ਇਲਾਕਾ ਬਾਈ ਤੁਹਾਨੂੰ ਦਿਖਾਈ ਇੱਧਰ ਸਾਰੇ ਪਿੰਡ ਵਿਖਣਾ ਇੱਥੇ ਤੱਕ ਲਾਸਟ ਵਾਰ ਟਰਾਲੀ ਆਉਂਦੀ ਆ ਇੱਧਰੋਂ ਬਾਈ ਉਹ ਜਿਹੜੀ ਸੜਕ ਆ ਜਿਹੜੇ ਸਾਧਨ ਨੇ ਇੱਥੇ ਤੱਕ ਪਹੁੰਚ ਸਕਦੇ ਨੇਗੇ ਇੱਧਰੋਂ ਅੱਗੇ ਜਿਹੜੀ ਸੜਕ ਆ ਉਹ ਨਹੀਂ ਜਾ ਸਕਦੀ ਇਹ ਲਾਸਟ ਪਿੰਡ ਤੱਕ ਆ ਪਿੰਡ ਕਿਹੜਾ ਹੈ ਬਾਈ ਆਪਣਾ ਉਹ ਪਿੰਡ ਕਿਹੜਾ ਜਿਹੜਾ ਬਡਾਲਾ ਪਿੰਡ ਹੈ ਆ ਬਡਾਲਾ ਪਿੰਡ ਤੱਕ ਬਸ ਲਾਸਟ ਇੱਥੇ ਤੱਕ ਜਿਹੜੀ ਟਰਾਲੀ ਜਾਂਦੀ ਹੈ ਟਰੈਕਟਰ ਜਾਂਦੇ ਨੇ ਸਾਧਨ ਜਾਂਦੇ ਨੇ ਇੱਧਰੋਂ ਅੱਗੇ ਪਾਣੀ 10-10 ਫੁੱਟ ਕਹਿ ਲਓ ਕਿੰਨਾ ਕਿੰਨਾ ਮਰਜ਼ੀ ਕਹਿ ਲਓ ਪਾਣੀ ਬਹੁਤ ਜ਼ਿਆਦਾ ਆ ਪਾਣੀ ਤੇਜ਼ ਵੀ ਵਾਲਾ ਵਗ ਰਿਹਾ ਉੱਥੇ ਤੁਹਾਨੂੰ ਦਿਖਾਵਾਂਗੇ ਵੀ ਤੇਜ਼ ਕਿੰਨਾ ਜਿਹੜਾ ਪਾਣੀ ਵਗ ਰਿਹਾ ਹੈ ਤਰਪਾਲ ਲੈਣੀ ਹੈ ਤਰਪਾਲ ਦਿਨੇ ਤਰਪਾਲਾਂ ਸਾਰਾ ਜਿੰਨਾ ਵੀ ਕੋਈ ਸਾਰਾ ਰਾਸ਼ਨ ਪਾਣੀ ਜਿਵੇਂ ਆਪਾਂ ਕਹਿ ਦਈਏ ਵੀ ਇੱਕ ਚੰਗੀ ਔਰਤ ਨੂੰ ਪਤਾ ਹੁੰਦਾ ਵੀ ਘਰ ਕਿਵੇਂ ਚੱਲਣਾ ਹੋਵੇ ਮਨਜੋਤ ਨੂੰ ਸਾਰਾ ਕੁਝ ਪਤਾ ਹੈ ਹੈ ਮਨਜੋਤ ਮਨਜੋਤ ਮੈਂ ਕਿਹਾ ਜਿਵੇਂ ਇੱਕ ਔਰਤ ਨੂੰ ਨਹੀਂ ਪਤਾ ਹੁੰਦਾ ਚੰਗੀ ਨੂੰ ਵੀ ਘਰ ਕਿਵੇਂ ਚੱਲਣਾ ਹੋਵੇ ਤੈਨੂੰ ਸਾਰਾ ਕੁਝ ਪਤਾ ਵੀ ਉੱਥੇ ਕੀ ਆ ਹੈ ਨਾ ਜਗਾੜਮੈਂਟ ਬਿਲਕੁਲ ਵੀ ਮੈਂ ਇਹੀ ਗੱਲ ਕਹਿਣਾ ਵੀ ਬਾਈ ਲੰਮੇ ਸਮੇਂ ਤੋਂ ਘਰੇ ਨਹੀਂ ਵੜਿਆ ਹਨਾ ਅੱਛਾ ਤੇ ਧੰਨਵਾਦ ਬਾਈ ਜਾਉਂਦੇ ਵਾਸਦੇ ਰਹੋ ਆ ਬਾਈ ਸਾਰੇ ਸਾਡੇ ਭਰਾ ਨੇਗੇ ਤੇ ਉਧਰ ਟਰੈਕਟਰ ਜੋੜ ਕੇ ਹੁਣ ਗਾਹਾਂ ਲੈ ਕੇ ਜਾਵਾਂਗੇ ਆ ਸਾਰਾ ਜਿਹੜਾ ਪਾਣੀ 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 ਇੱਕ ਤਾਂ ਨਾ ਬਾਈ ਤੁਹਾਨੂੰ ਪਤਾ ਕਿ ਪਾਣੀ ਦੀ ਮਾਰ ਦੂਜੀ ਮਾਰ ਹੈਗੀ ਜਿਹੜੀ ਇੱਥੇ ਗਰਮੀ ਦੀ ਗਰਮੀ ਇਹ ਹਿਸਾਬ ਲਾ ਲਓ ਵੀ ਗਰਮੀ ਇੱਥੇ ਇੰਨੀ ਅੱਤ ਦੀ ਗਰਮੀ ਹੈ ਹਵਾ ਦਾ ਇੱਕ ਪੱਤਾ ਨਹੀਂ ਝੂਲਦਾ ਇੱਕ ਪੱਤਾ ਤੱਕ ਨਹੀਂ ਝੂਲਦਾ ਇੱਕ ਪੱਤੇ ਤੱਕ ਹਵਾ ਨਹੀਂ ਜਿਹੜਾ ਝੂਲਦਾ ਵੀ ਇੰਨੀ ਗਰਮੀ ਹੋਈ ਪਈ ਆ ਹਨਾ ਕਿਵੇਂ ਤੇ ਹੋਰ ਕੋਈ ਮਨਜੋਤ ਕੋਈ ਗੱਲ ਕਹਿਣਾ ਚਾਹੁੰਦੇ ਬਾਈ ਕਿਸੇ ਲੋਕਾਂ ਨੂੰ ਸੁਨੇਹਾ ਲਾਉਣਾ ਹੋਵੇ ਕੋਈ ਲੋਕਾਂ ਨੂੰ ਆਪਣੇ ਘਟ ਗਿਆ ਬਣੇ ਵੀਰੇ ਪਰ ਫਿਰ ਵੀ ਲੋਕਾਂ ਦੀਆਂ ਬਹੁਤ ਮੁਸ਼ਕਲਾਂ ਤੁਸੀਂ ਆਪ
ਜਿਵੇਂ ਆਪਾਂ ਦੇਖਿਆ ਵੀ ਦੂਰੀ ਬਾਰੇ ਝੋਨਾ ਰਗੜਿਆ ਗਿਆ ਹਨਾ ਯਾਰ ਬੜਾ ਦੁੱਖ ਹੋਇਆ ਇੱਕ ਵਾਰੀ ਦਾ ਪਹਿਲਾਂ ਇਹ ਲੋਕ ਬਾਈ ਤੁਹਾਨੂੰ ਮੈਂ